ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਪਰ ਅਸੀਂ ਸਾਰੇ ਠੀਕ ਠਾਕ ਹੈਗੇ ਆ ਪਰ ਤੁਸੀਂ ਸ਼ਾਇਦ ਮੇਰੀ ਇਸ ਵੀਡੀਓ ਤੋਂ ਬਾਅਦ ਠੀਕ ਨਾ ਰਹੋ ਉਹਦੇ ਲਈ ਪਹਿਲਾਂ ਹੀ ਸੌਰੀ ਢਿੰਡਾ ਕਹਿੰਦਾ ਮੈਂ ਠੀਕ ਆ। ਹਾਂ ਜੀ ਸਤਿ ਸ਼੍ਰੀ ਅਕਾਲ ਜੀ ਇਟਸ ਅ ਲਵਲੀ ਫੈਕਟ ਚ ਤੁਹਾਡਾ ਸਵਾਗਤ ਹੈ ਮਿਸਟਰ ਐਂਡ ਮਿਸਿਸ ਬਾਬਾ। ਪਹਿਲਾਂ ਤਾਂ ਇਹ ਆਪਣੇ ਬਲੌਗ ਹਿੱਟ ਕਰਨ ਲਈ ਲੜਾਈ ਦੇ ਡਰਾਮੇ ਕਰਦੇ ਸੀ। ਇਹਨਾਂ ਦੀ ਬੇਸ਼ਰਮੀ ਦੀ ਹੱਦ ਇੰਨੀ ਸੀ ਕਿ ਇਹਨਾਂ ਇੱਕ ਦੂਜੇ ਦੇ ਮਾਂ ਬਾਪਾਂ ਦੀ ਯੂਟਿਊਬ 'ਤੇ ਰੱਜ ਕੇ ਬੇਇੱਜ਼ਤੀ ਕੀਤੀ। ਹੁਣ ਜਦੋਂ ਇਹਨਾਂ ਦੇ ਡਰਾਮੇ ਵਾਲੀਆਂ ਵੀਡੀਓ ਚੱਲਣ ਲੱਗ ਪਈਆਂ ਹਨ ਤਾਂ ਇਹ ਮੁੜ ਇਕੱਠੇ ਹੋਣ ਦਾ ਨਾਟਕ ਕਰ ਰਹੇ ਹਨ। ਕਰਨ ਦੱਤਾ ਬਾਈ ਨੇ ਕਿਵੇਂ ਟਿਕਾ ਕੇ ਇਹਨਾਂ ਦੀ ਮੰਜੀ ਠੋਕੀ ਦੇਖੋ ਇਸ ਵੀਡੀਓ ਵਿੱਚ। ਮਾਂ ਪਿਓ ਦੀ ਸ਼ਰਮ ਵੇਚ ਕੇ ਯੂਟਿਊਬ ਨੂੰ ਮਾਂ ਪਿਓ ਤੋਂ ਉੱਪਰ ਰੱਖ ਕੇ ਮਾਂ ਪਿਓ ਦੇ ਬਾਰੇ ਸੋਚਣਾ ਨੀ ਜਾਂ ਲੋਕਾਂ ਦੀ ਗਾਲਾਂ ਖਾ ਕੇ ਜਾਂ ਇੱਕ ਦੂਜੇ ਨੂੰ ਮਾੜਾ ਬੋਲ ਕੇ ਅਸੀਂ ਇਕੱਠੇ ਹੋ ਚੁੱਕੇ ਹਾਂ ਬਹੁਤ ਹੀ ਬਹਾਦਰੀ ਵਾਲਾ ਕੰਮ ਆ ਕਿ ਹਾਂ ਕਦੀ ਵੀ ਭੈਣ ਚੋਂ ਬੰਦਾ ਇਹ ਚੀਜ਼ ਵੱਲ ਜਾਵੇ ਜਿਹੜੇ ਮੇਰੇ ਵਿਊਸ ਦੇਖਦੇ ਪਏ ਆ ਨੈਵਰ ਲੈਟ ਡਾਊਨ ਯੋਰ ਪੇਰੈਂਟਸ ਕਿਉਂਕਿ ਉਹਨਾਂ ਨੇ ਤੁਹਾਨੂੰ ਜੰਮਿਆ ਉਹਨਾਂ ਨੇ ਪਾਲਿਆ ਤੇ ਉਹਨਾਂ ਨੇ ਅੱਗੇ ਤੱਕ ਦੇਖਣਾ ਤੁਹਾਡਾ। ਸਾਨੂੰ ਇੱਕ ਚੀਜ਼ ਕਹੀ ਸੀ ਕਿ ਬਾਬਾ ਮੇਰੇ ਲਈ ਇੱਕ ਕਮੈਂਟ ਹੈ ਪਰ ਉਹਦੀ ਵਾਈਫ ਮੇਰੇ ਲਈ ਇੱਕ ਉਹ ਹੈ ਕੰਟੈਂਟ ਹੈ ਕੰਟੈਂਟ ਆ ਜਿਹੜੀ ਆਪਣੇ ਕੰਨਾਂ 'ਚ ਮੈਲ ਪਾਈ ਇਹਨਾਂ ਨੂੰ ਕੱਢ ਕੇ ਫੇਰ ਮੇਰੀ ਦੁਬਾਰਾ ਜਾ ਕੇ ਉਹ ਗੱਲ ਸੁਣ ਕੇ ਕਿ ਬਾਬਾ ਤੇ ਬਾਬੀ ਮੇਰੇ ਲਈ ਇੱਕ ਕੰਟੈਂਟ ਆ ਉਸ ਤੋਂ ਇਲਾਵਾ ਮੈਂ ਉਹਨਾਂ ਨੂੰ ਕੁਝ ਨਹੀਂ ਜਾਣਦਾ ਨਾ ਉਹਨਾਂ ਬਾਰੇ ਕੁਝ ਸਮਝਦਾ ਨਾ ਮੇਰੇ ਕੋਈ ਲੱਗਦੇ ਆ ਨਾ ਹੀ ਮੈਨੂੰ ਕੋਈ ਹੇਟ ਆ ਨਾ ਕੋਈ ਹੋਰ ਗੱਲ ਆ ਬਟ ਇਸ ਚੀਜ਼ ਨੂੰ ਅਗਰ ਤੁਸੀਂ ਨੈਗੇਟਿਵ 'ਚ ਲੈ ਕੇ ਜਾ ਰਹੇ ਹੋ ਨਾ ਤੇ ਗੱਲ ਸੁਣੋ ਸਿੱਧੀ ਸਿੱਧੀ ਕੰਟੈਂਟ ਦੇ ਨਾਲ ਨਾਲ ਵਿੱਚੇ ਤੂੰ ਵੀ ਮੇਰਾ ਸਾਲਾ ਉਹ ਵੀ ਕੰਟੈਂਟ ਐਡ ਹੋ ਗਿਆ ਤੇ ਤੀਜੀ ਗੱਲ ਜਿਹੜੀ ਮੇਨ ਹੈਗੀ ਨਾ ਕੰਟੈਂਟ ਦੇ ਨਾਲ ਨਾਲ ਸਿਰੇ ਦੇ ਕੂਸੇ ਆ ਹਸਬੰਡ ਵਾਈਫ ਦੇ ਨਾਲ ਤੂੰ ਤੇ ਇਹਨਾਂ ਨੇ ਪ੍ਰੂਵ ਕਰਤਾ ਹੋਇਆ। ਅਜਿਹੀਆਂ ਹੀ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ।